ਫਗਵਾੜਾ ਦੀ ਗੰਨਾ ਮਿੱਲ ਦੇ ਮਾਲਕਾਂ ਵੱਲ ਕਿਸਾਨਾਂ ਦੀ ਰਹਿੰਦੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਕਿਸਾਨਾਂ ਨੂੰ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਮਿੱਲ ਮਾਲਕਾਂ ਦੀ ਪ੍ਰਾਪਰਟੀ ਨਾਲ ਅਟੈਚ ਕਰ ਦੇ ਦਿੱਤੇ ਗਏ ਹੁਕਮ ਤੋਂ ਬਾਅਦ ਵੱਖ ਵੱਖ ਪਿੰਡਾਂ ਵਿੱਚ 6 ਪ੍ਰਾਪਰਟੀਆਂ ਲਈ ਸਰਕਾਰ ਵੱਲੋਂ ਰੇਟ ਫਿਕਸ ਕਰ ਭੇਜੇ ਗਏ ਸਨ, ਜਿਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਅਨੁਪਮਾ ਕਲੇਰ ਦੀ ਅਗਵਾਈ ਹੇਠ SDM ਫਗਵਾੜਾ ਅਤੇ ਤਹਿਸੀਲਦਾਰ ਫਗਵਾੜਾ ਵੱਲੋਂ ਬੋਲੀ ਕਰਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਅਨੁਪਮਾ ਕਲੇਰ, SDM ਫਗਵਾੜਾ ਅਤੇ ਤਹਿਸੀਲਦਾਰ ਫਗਵਾੜਾ ਨੇ ਦੱਸਿਆ ਕਿ ਕਿਸਾਨਾਂ ਦੀ ਦੇਣਦਾਰੀ ਨੂੰ ਖਤਮ ਕਰਨ ਲਈ ਸਰਕਾਰ ਨੇ ਜੋ ਅਟੈਚ ਕੀਤੀ ਪ੍ਰਾਪਰਟੀ ਦੇ ਰੇਟ ਫਿਕਸ ਕਰਕੇ ਭੇਜੇ ਸਨ, ਉਸ ਤੋਂ ਬਾਅਦ ਹੀ 6 ਪਿੰਡਾਂ ਦੀ ਪ੍ਰਾਪਰਟੀ ਦੀ ਬੋਲੀ ਕਰਵਾਈ ਗਈ ਸੀ, ਪਰ ਇਹ ਬੋਲੀ ਸਫਲ ਨਹੀਂ ਹੋ ਸਕੀ ਕਿਉਂਕਿ ਬੋਲੀ ਲਈ 3-3 ਬੋਲੀਕਾਰ ਚਾਹੀਦੇ ਸਨ, ਪਰ ਇੱਕ ਹੀ ਬੋਲੀਕਾਰ ਪਹੁੰਚਿਆ ਸੀ। ਉਹਨਾਂ ਨਾਲ ਹੀ ਕਿਹਾ ਕਿ ਬਾਕੀ ਦੇ 8 ਪਿੰਡਾਂ ਦੀ ਬੋਲੀ 13 ਸਤੰਬਰ ਨੂੰ ਹੋਵੇਗੀ। ਅੱਜ ਸ਼ੂਗਰ ਮਿੱਲ ਦੀ ਬਹੁਤ ਸਾਰੀਆਂ ਪ੍ਰੋਪਰਟੀਜ਼ ਦੀ ਆਪਸ਼ਨ ਰੱਖੀ ਗਈ ਸੀਗੀ ਕਿਉਂਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਦੇਣਦਾਰੀਆਂ ਸੀ, ਔਰ ਇਸ ਕਰਕੇ ਪੰਜਾਬ ਗਵਰਨਮੈਂਟ ਨੇ ਆਪਸ਼ਨ ਦੇ ਰੇਟ ਫਿਕਸ ਕਰਕੇ ਸਾਨੂੰ ਭੇਜੇ ਸੀ। ਉਹਦੇ 'ਤੇ ਆਪਸ਼ਨ ਹੋਈ ਹੈ, 6 ਪ੍ਰੋਪਰਟੀਜ਼ ਦੀ ਅੱਜ ਆਪਸ਼ਨ ਹੋਈ ਹੈ, ਪਰ ਕਿਉਂਕਿ ਸਾਡੇ ਕੋਲ ਇੱਕ ਬਿਡਰ ਹੀ ਆਇਆ ਹੈਗਾ ਹਰ ਪ੍ਰੋਪਰਟੀ ਲਈ, ਅਤੇ ਆਪਸ਼ਨ ਸਕਸੈਸਫੁਲ ਨਹੀਂ ਹੋਈ। ਅਸੀਂ ਇਹਨੂੰ ਦੁਬਾਰਾ ਪਬਲੀਸਾਈਜ਼ ਕਰਾਂਗੇ ਅਖਬਾਰਾਂ ਦੇ ਵਿੱਚ, ਔਰ ਅਸੀਂ ਜਗ੍ਹਾ ਜਗ੍ਹਾ 'ਤੇ ਨੈਕਸਟ ਟਾਈਮ ਤੋਂ ਬੋਰਡਸ ਵਗੈਰਾ ਔਰ ਮੁਨਾਦੀ ਵਗੈਰਾ ਵੀ ਕਰਾਵਾਂਗੇ, ਜਿਹਦੇ ਨਾਲ ਕਿ ਸਾਨੂੰ ਅੱਛਾ ਰਿਸਪੋਂਸ ਆਵੇ। ਕਿਸਾਨਾਂ ਦੇ ਬਕਾਇਆ ਨੂੰ ਅਦਾ ਕਰਨ ਵਾਸਤੇ ਜਿਹੜੇ ਸ਼ੂਗਰ ਮਿੱਲ ਦੀਆਂ ਸਾਬਕਾ ਮਾਲਕਾਂ ਦੀਆਂ ਪ੍ਰੋਪਰਟੀ ਸੀਗੀਆਂ, ਉਹਨਾਂ ਦੀ ਸਰਕਾਰ ਵੱਲੋਂ ਪ੍ਰਵਾਨਗੀ ਲੈ ਕੇ ਇੱਕ ਬੋਲੀ ਅੱਜ ਰੱਖੀ ਗਈ ਸੀ। ਅੱਜ ਅਤੇ ਕੱਲ੍ਹ ਹੋਣੀਆਂ ਇਹਨਾਂ ਦੀਆਂ 14 ਪ੍ਰੋਪਰਟੀਜ਼ ਦੀ ਬੋਲੀ ਹੋਣੀਆਂ। ਅੱਜ ਨਿਹਾਲਗੜ੍ਹ, ਜਗਤਪੁਰ ਜੱਟਾਂ, ਬੀ ਢੰਡੋਲੀ, ਰਾਵਲਪਿੰਡੀ ਅਤੇ ਢੰਡੋਲੀ, ਇਹਨਾਂ 6 ਪਿੰਡਾਂ ਦੀਆਂ ਪ੍ਰੋਪਰਟੀਜ਼ ਦੀ ਨਿਲਾਮੀ ਰੱਖੀ ਗਈ ਸੀ, ਪਰ ਕਿਉਂਕਿ ਇਹਦੇ ਵਿੱਚ ਕਿਸੇ ਇੱਕ ਪ੍ਰੋਪਰਟੀ ਦੀ ਬੋਲੀ ਵਾਸਤੇ ਘੱਟੋ ਘੱਟ 3 ਬੋਲੀਕਾਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ, ਤਾਂ ਇਹਨਾਂ ਵਾਸਤੇ ਸਿਰਫ ਇੱਕ ਹੀ ਬੋਲੀਕਾਰ ਆਇਆ ਸੀਗਾ, ਇਸ ਕਰਕੇ ਇਹ ਬੋਲੀ ਅੱਜ ਰੱਦ ਕਰ ਦਿੱਤੀ ਗਈ, ਇਹ ਦੁਬਾਰਾ ਨਵੇਂ ਸਿਰੇ ਤੋਂ ਕਰਵਾਈ ਜਾਏਗੀ। ਸਰ, ਜਿਹੜੀਆਂ ਕੱਲ੍ਹ 8 ਦੀਆਂ ਹੋਣੀਆਂ ਜਾਂ, ਹਾਂਜੀ, ਉਹ ਕੱਲ੍ਹ ਹੋਣੀਆਂ ਜੀ? ਉਹ ਕੱਲ੍ਹ ਹੋਏਗੀ ਜੀ। ਅਤੇ ਉਹ ਪਿੰਡਾਂ ਦੇ ਨਾਮ ਵਗੈਰਾ ਹੈ ਜਾਂ ਹੋਰ ਕਿੱਥੇ ਜਿੱਥੇ ਇਹਨਾਂ ਦੀਆਂ ਪ੍ਰੋਪਰਟੀਆਂ ਹੈਗੀਆਂ? ਹਾਂ, ਉਹ ਪਿੰਡ ਹੈਗੇ ਆ ਜੀ, ਢੰਡੋਲੀ, ਚੱਕ ਢੰਡੋਲੀ, ਬੀ ਢੰਡੋਲੀ, ਖੁਰਮਪੁਰ, ਚੱਕ ਭੁੱਲਾ ਰਾਈ ਅਤੇ ਖੁਰਮਪੁਰ। ਇਹ ਗੰਨਾ ਮਿੱਲ ਦੀ 21-22 ਸੀਜ਼ਨ ਦੀ ਆ ਕਿਸਾਨਾਂ ਦੀਆਂ ਦੇਣਦਾਰੀਆਂ ਸੀਗੀਆਂ, ਜਿਹਦੇ ਵਿੱਚ ਮਿੱਲ ਮਾਲਕਾਂ ਦੀਆਂ ਪ੍ਰੋਪਰਟੀ ਅਟੈਚ ਕਰਕੇ ਲੈਂਡ ਰੈਵਨਿਊ ਐਕਟ ਤਹਿਤ ਇਹਨਾਂ ਦੀ ਬੋਲੀ ਕਰਵਾਈ ਜਾਣੀ ਸੀ। ਉਹ ਕਿਸੇ ਨਾ ਕਿਸੇ ਕਾਰਨ ਵਿੱਚ ਡਿਲੇ ਹੁੰਦੀ ਜਾ ਰਹੀ ਸੀ। ਇਹਦਾ ਇਸ਼ਤਿਹਾਰ 14 ਅਗਸਤ ਦਿੱਤਾ ਗਿਆ ਅਤੇ ਅੱਜ ਅਤੇ ਕੱਲ੍ਹ ਦੇ ਦਿਨ 13 ਤਰੀਕ ਨੂੰ ਬੋਲੀਆਂ ਰੱਖੀਆਂ ਗਈਆਂ। ਅੱਜ ਆਪਾਂ 14 ਪ੍ਰੋਪਰਟੀਆਂ ਦੀ ਪ੍ਰਵਾਨਗੀ ਆਈ ਸੀ ਸਰਕਾਰ ਵੱਲੋਂ ਅਤੇ 6 ਪ੍ਰੋਪਰਟੀਆਂ ਟੇਕਅਪ ਕੀਤੀਆਂ। ਗਵਰਨਮੈਂਟ ਦੇ ਅਲੋਟਮੈਂਟ ਰੂਲਸ ਤਹਿਤ ਇੱਕ ਪ੍ਰੋਪਰਟੀ ਦੀ ਬਿੱਡ ਲਈ ਘੱਟੋ ਘੱਟ 3 ਬੋਲੀਕਾਰ ਹੋਣੇ ਜ਼ਰੂਰੀ ਨੇ। ਬੋਲੀਕਾਰ ਅਨਫੋਰਚੁਨੇਟਲੀ ਇਹਨਾਂ 6 ਪ੍ਰੋਪਰਟੀਆਂ ਦੇ ਵਿੱਚ ਡਰਾਫਟ ਤਾਂ ਸਾਨੂੰ ਅਰਨੈਸਟ ਮਨੀ ਜਿਹਨੂੰ ਕਹਿੰਦੇ ਨੇ ਪ੍ਰਾਪਤ ਤਾਂ ਹੋਈ ਸੀ, ਬਟ ਸਿੰਗਲ ਬਿਡਰ ਹੀ ਰਹੇ। ਇਹ ਮਾਨਯੋਗ ਡੀ ਸੀ ਸਾਹਿਬ ਦੇ ਹੁਕਮਾਂ ਤਹਿਤ ਇੱਥੇ ਕਮੇਟੀ 6 ਜਣਿਆਂ ਦੀ ਗਠਿਤ ਕੀਤੀ ਗਈ ਸੀ। ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਗਵਰਨਮੈਂਟ ਰੂਲਸ ਦੇ ਹਿਸਾਬ ਨਾਲ ਇਹ 6 ਦੀ 6 ਬੋਲੀਆਂ ਰੱਦ ਕੀਤੀਆਂ ਜਾਣ ਅਤੇ ਬੰਦਿਆਂ ਨੂੰ ਨਿਯਮਾਂ ਮੁਤਾਬਿਕ ਉਹਨਾਂ ਦੀ ਅਰਨੈਸਟ ਮਨੀ ਵਾਪਸ ਕਰ ਦਿੱਤੀ ਜਾਏਗੀ। ਇਹਦੀ ਫਰੈਸ਼ ਡੇਟ ਫਿਰ ਸਰਕਾਰ ਪਾਸੋਂ ਪ੍ਰਵਾਨਗੀ ਲੈ ਕੇ